بسم اللہ الرحمن الرحیم السلام علیکم سیدھی سیدھی ਗੱਲ ਮਿੱਠਾ ਮੁੱਠਾ ਕੋਈ ਨਹੀਂ ਅੱਜ ਦੀ ਵੀਡੀਓ ਕੁੜੀਆਂ ਨਾ ਵੇਖਣ ਇਹਦੇ ਚ ਗਾਲ ਹੈ ਤੇ ਗਾਲ ਮੈਂ ਜਾਣ ਬੁਝ ਕੇ ਐਡਿਟ ਨਹੀਂ ਕੀਤੀ ਪਰ ਬਣਦੀ ਏ ਬਲਕਿ ਮੇਰਾ ਵਾਸ ਚੱਲੇ ਮੈਂ ਸਾਰੀ ਵੀਡੀਓ ਗਾਲਾਂ ਤੇ ਬਣਾਵਾ ਇੱਕ ਵਾਰੀ ਵੀਡੀਓ ਵਿੱਚ ਤੇਪੂ ਆ ਤੇਰੇ ਕਿ ਮਿਹਨਤ ਕੀਤੀ ਆ ਇਹ ਵੇਖ ਲੈ ਆ ਬਹਿਣ ਯੱਕ ਜੜੇ ਨਾ ਮੈਂ ਮਾਤਾ ਨੂੰ ਡਾਕ ਕੇ ਸਮਝਾਉਂਦਾ ਜ਼ਰੂਰ ਆ ਇਹਨਾਂ ਦੇ ਕੰਮ ਵੇਖ ਲੈ ਕੋਡੇਸ ਕੱਢੇ ਨੇ ਢੱਕਦਿਆਂ ਮੈਂ ਜ਼ਰੂਰ ਆਉਂਦੇ ਕੀ ਆਕ ਇੱਤ ਮੈਂ ਕੀ ਆਕਾਂ ਪਲੋਂ ਤਮੈਂ ਗੁੰਦਲ ਸਾਹਿਬ ਨੂੰ ਖਰਾਜੇ ਤਸਦੀਨ ਪੇਸ਼ ਕਰਨਾ ਵੀ ਕੀ ਤੋਂ ਉਹਨਾਂ ਦਾ ਤਲਕ ਹੈ ਸਵਾਦ ਉਹਨਾਂ ਚੁਰ ਨੀ ਤਮੈਂ ਕਸਮ ਖੁਦਾ ਦੀ ਮੈਂ ਹੰਦੋ ਸੁਣਾ ਲਾ ਜੋ ਵੀ ਆਂਦਾ ਨਾ ਇਸ ਜ਼ਿੰਦਗੀ ਵਿੱਚ ਕੁੜੀਆਂ ਦੇਸ ਰਖਸ਼ ਪਿੱਛੇ ਇਸ ਨਾ ਲੱਗਣਾ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਨਾ ਸਿੱਧੀਆਂ ਸਿੱਧੀਆਂ ਗੱਲਾਂ ਕੁੜੀਆਂ ਨੂੰ ਛੁੱਟੀ ਜਿੱਦਲੇ ਹੁੰਦੀ ਨਾ ਕਾਲਜ ਅੱਗੇ ਯਾ ਸਕੂਲ ਅੱਗੇ ਹਾਈ ਸਕੂਲ ਅੱਗੇ ਤੁਸੀਂ ਟੁਰ ਜਾਓ ਨਾ ਚੰਦ ਅਫਰਾਦ ਘਰ ਦੇ ਅੱਗੋਂ ਲੈਣ ਆਏ ਹੁੰਦੇ ਨੇ ਕੋਤ ਬਿਲ ਉੱਥੇ ਮੁੱਕਦੀ ਨਹੀਂ ਬੂੰਡਰਾ ਦੀਆਂ ਉੱਥੇ ਲੈਣਾ ਤੇ ਉੱਥੇ ਇੱਕ ਅਜੀਬ ਹੀ ਸਮਾਂ ਹੁੰਦਾ ਉਹ ਸੜਕੇ ਤੋਂ ਲਗਿੰਦਾ ਨਹੀਂ ਨੰਬਰ ਨੰਬਰ ਦੋ ਅਜਮੀਰ ਗਰੀਬ ਦੋਹਾਂ ਦੀ ਗੱਲ ਕਰਦੇ ਆਂ ਮਰੇ ਬੰਦੇ ਕੋਲ ਤੇ ਵਾਹ ਕੋਈ ਨਹੀਂ ਉਹਦੇ ਕੋਲ ਜਾਂ ਸਕੂਟਰ ਹੈ ਜਾਂ ਰਕਸ਼ਾ ਟਾਂਗਾ ਹੈ ਤੇ ਜਿਹੜੇ ਕੋਈ ਪਿੱਛੋਂ ਵੀਲਿੰਗ ਕਰਦਾ ਪਿਆ ਕੋਈ ਖੱਤ ਫੜਾਂਦਾ ਪਿਆ ਕੋਈ ਰਕਸ਼ੇ ਪਿੱਛੋਂ ਛੋਟਦੇ ਨਹੀਂ ਅਗਲੀ ਨਮਣੀ ਤੱਕਦੇ ਨਹੀਂ ਉਹਦਾ ਭਾਵੇਂ ਧਿਆਨ ਵੀ ਨਹੀਂ ਉਹਦੇ ਨੂੰ ਵੇਖਣਾ ਵੀ ਨਹੀਂ ਚਾਹਦੀ ਪਰ ਉਸ ਨੂੰ ਇਤਨਾ ਕੁ ਮਜਬੂਰ ਕੀਤੇ ਆ ਉਹਦੇ ਉੱਤੇ ਚੜੇ ਆ ਗੱਲਾਂ ਸੁਣ ਲੋ ਤੁਹਾਡੇ ਲੈਕਚਰ ਮਜ਼ਬੂਤ ਤੇ ਸੁਣ ਲੋ ਤੁਸੀਂ ਕੰਨ ਕਾਲੇ ਕੀਤੇ ਹੋ ਇਤਨੇ ਵੱਡੇ ਤੁਸੀਂ ਮਜ਼ਬ ਦੇ ਪੈਰੋਕਾਰੋ ਹਰਕਤਾਂ ਆਪਣੀਆਂ ਵੇਖੋ ਨੰਬਰ ਦੂਜੀ ਗੱਲ ਏ ਪਾ ਬੀਬੀ ਗੱਡੀ ਚਲਾਉਂਦੀ ਚਲੋ ਅਮੀ ਗਰੀਬ ਤੇ ਹੋ ਗਿਆ ਸਕੂਟਰ ਤੇ ਰਕਸ਼ੇ ਜੌਬ ਕਰਾਣੀ ਹੈ ਜਾਂ ਕੋਈ ਵੀ ਤੇ ਉਹਾਂ ਦਾ ਚੱਲ ਗੱਡੀ ਲੈ ਦਿੰਨੇ ਆ ਕੋਈ ਸੁਜ਼ੂਕੀ ਜਾਂ ਜਿਹੜੀ ਵੀ ਐਸੇ ਦੇ ਪੁੱਤਰ ਨੇ ਇੱਕ ਤੇ ਸਾਈਡਾਂ ਕਰਾਸ ਕੁੜੀ ਨੇ ਰਾਹ ਨਾ ਦੇਸ ਨਾਲ ਉਹਦੇ ਲਾ ਕੇ ਗੱਡੀ ਬਜਾ ਕੇ ਉਹਦੇ ਨਾਲ ਰੇਸਾਂ ਲਾਸਾਂ ਐਸੀਆਂ ਐਸੀਆਂ ਗਲਤ ਗੱਲਾਂ ਕਰਦੇ ਨੇ ਮੈਂ ਮਤਲਬ ਹੁਣ ਦਰ ਮੈਂ ਕੀ ਦੱਸਾਂ ਬਾ ਮੈਂ ਮੋਂ ਅੱਜ ਮੈਚੋ ਕੇ ਮਨਾ ਕੀਤਾ ਕੁੜੀਆਂ ਮੇਰੀ ਵੀਡੀਓ ਨਾ ਵੇਖਣ ਮੈਂ ਮਣੇ ਇਸ ਗੱਲ ਮੈਂ ਕਰੂੰਗਾ ਉਹ ਮੈਂ ਗੱਡੀ ਇਕਰੇ ਪਿਆ ਚਲਾਵਾ ਮੇਰੇ ਨਾਲ ਇੱਕ ਮੇਰਾ ਲੱਗਦਾ ਹੀ ਬੈਠਿਆ ਤੇ ਮੈਂ ਮੂੰਹ ਦਿਾਰ ਆਪਣੀ ਬੈਠਾ ਮੇਨਾਂ ਦਾ ਨਾਲ ਵਾਲੀ ਗੱਡੀ ਤੋਂ ਧਿਆਨ ਕਰੀ ਬੰਦਾ ਬਿਨਾ ਟਟਿਆਂ ਤੋਂ ਬੈਠਿਆ ਡਰਾਈਵਰ ਵਿੱਚ ਮੈਂ ਉਦੋਂ ਕੋਨਾ ਗੱਡੀ ਲੋਨਾ ਧੱਕਿਆ ਰਾਸ਼ੀ ਮੈਂ ਤ ਸਿੱਧਾ ਆਪਣੀ ਗੱਡੀ ਸਾਹਮਣੇ ਵੇ ਦਾ ਪਿਆ ਮੈਂ ਤੇ ਲਈ ਸੋਚਿਆ ਵਾ ਉਹ ਬੰਦੇ ਡਰਾਈਵਰ ਦੇ ਬੈਠਿਆ ਨੇ ਕਿਵੇਂ ਪਤਾ ਇਹਦੇ ਟੱਟੇ ਕੋਈ ਨਹੀਂ ਹੋਦੇ ਮੈਂ ਬੜਾ ਹੈਰਾਨ ਹੋਇਆ ਤੇ ਜੇ ਮੈਂ ਥੋੜਾ ਜਿਮਨ ਵਕਫਾ ਲੱਭਾ ਮੈਂ ਘੁਮਾ ਕੇ ਵੇਖਿਆ ਤਬੀਬੀ ਪਿਛਲਾਵੇ ਐਸੀ ਚਬਲ ਕੌਮ ਹੋ ਰਹੀ ਸੀ ਬਿਹੇਦ ਸੇ ਬਗੈਰ ਤਾਂ ਤੇਰੀ ਬੈਣ ਨਹੀਂ ਹੋ ਸਕਦੀ ਤੇਰੀ ਬੈਣ ਨਹੀਂ ਗੱਡੀ ਚਲਾ ਸਕਦੀ ਯਾ ਮਤਲਬ ਅਗਲੇ ਨੇ ਸਾਡੇ ਲੋਕ ਪੁਰਾਣੇ ਆਏ ਨੇ ਕੋਈ ਉਹਨਾਂ ਜਨਾਬ ਗੱਡੀ ਬੈਠ ਕਾ ਜੋ ਹਟਾ ਕੇ ਬੀਬੀ ਆਉਣ ਲੱਗੀ ਰੇੜੀ ਵਾਲਾ ਜਨਾਬ ਉਹ ਜਿਤਨੇ ਵੇਖਿਆ ਬੀਬੀ ਪੀ ਚਲਾਂਦੀ ਉਹ ਹਰ ਰੋ ਪੀ ਦਿੰਦੀ ਤੇ ਉਹ ਵਾਗਾਂ ਝਾੜ ਕੇ ਕੁੱਤੇ ਆ ਰਹੇ ਉਸ ਮੂੰਹ ਚ ਆਏ ਐ ਤੇ ਉਹਦੇ ਲੋ ਤੱਕੀ ਹੁੰਦਾ ਤੱਕੀ ਹੁੰਦਾ ਨਾ ਰਾਹ ਦੇਂਦਾ ਨਾ ਕੀ ਜੇਨ ਬੈਠਿਆ ਗੱਡੀ ਚ ਗੱਲ ਏ ਮਿੱਠਿਆਓ ਮਿਹਰਬਾਨੀ ਕਰ ਲਓ ਕੋਈ ਕੋਈ ਦੀਉ ਬੈਣੂ ਦੀ ਇੱਜ਼ਤ ਹੈ ਅਸੀਂ ਤੇ ਉਹ ਲੋਕ ਆ ਵਤਰਾ ਕਤਲ ਦੇ ਅਸੀਂ ਵੈਰ ਛੱਡਣੇ ਵਾਲੇ ਆ ਜੇ ਦੀ ਬੈਣ ਬੂਹੇ ਤੇ ਆ ਜਾਏ ਸ਼ਰਮ ਹੀ ਕੋਈ ਬੰਦਾ ਨਹੀਂ ਕਰਦਾ ਕੋਈ ਕਿਸੇ ਦੀ ਦੀਉ ਬੈਣੂ ਦਾ ਯਾ ਹੀ ਨਹੀਂ ਕਰਦਾ ਕਿਦੇ ਨੇ ਲਾ ਦੇ ਇਦਾਰੇ ਮੈਂ ਤੁਹਾਡੇ ਅੱਗੇ ਅਪੀਲ ਕਰਨਾ ਪੁਲਿਸ ਵਾਲੇ ਤੋਂ ਵੀ ਦੂਜਾ ਵੀ ਆਪਣੀ ਜ਼ਿੰਮੇਵਾਰੀਆਂ ਤੋਂ ਹੋਰ ਜੋ ਬਤੇਰੀਆਂ ਤੋਂ ਮਾਸ਼ਾਅੱਲਾ ਤਜਾਵਜ਼ ਕਰ ਜਾਂਦੇ ਹੋ ਭੱਦ ਕੇ ਜਾਂਬਾ ਕਿਉਂ ਨਾ ਹੋਈ ਰਾਂ ਬੰਦਿਆਂ ਲਾਂਦੇ ਤੇ ਮੇਰੇ ਇਲਾਕੇ ਦੇ ਤੇ ਦੂਜੇ ਗੈਰਤਮੰਦ ਜ਼ਮੀਂਦਾਰ ਬਾ ਕਿਉਂ ਨਾ ਡੱਕਦੇ ਜਿਤਲੇ ਆਂ ਦਾ ਬੰਦਾ ਵੇਂਦੇ ਉਨੇ ਕੋਈ ਢੱਕਦੇ ਕਿਉਂਦਾ ਉਹ ਕਿਉਂ ਇਹ ਕਰਦਾ ਪਰ ਰੋਡ ਤੇ ਦਿਨ ਰਾਤ ਤੁਸੀਂ ਇਹ ਚੀਜ਼ਾਂ ਵੇਂਦੇ ਹੋ ਹਰ ਉਹ ਬੰਦਾ ਜਿਹੜਾ ਆਪਣੀ ਬਹਿਣੂ ਨਾਲ ਮੁਹੱਬਤ ਕਰਦਾ ਅੱਜ ਵੀਡੀਓ ਗਾ ਗੱਲੇ ਮਿਹਰਬਾਨੀ ਉਸੇ ਤੁਹਾਡੀ ਹਰ ਬੰਦੇ ਕੋਲ ਪੈਗਾਮ ਪੜਾਵੇ ਇਹ ਗੱਲ ਢਕਣੀ ਹੈ ਇੱਥੇ ਆਖਸ ਹੱਸਦੇ ਰਹੋ ਵਸਦੇ ਰਹੋ ਤੇ ਉਹ ਜੀ ਆ ਟਾਲਾ ਤੇ ਰਹੋ ਮੈਂ ਇੱਕ ਵਾਰੀ ਮਾਫ ਕਰਦਾ ਚਾਹਸਾ ਮੇਰੀਆਂ ਗਾਲੀ ਤੇ ਇਹਨਾਂ ਲਫ਼ਜ਼ਾਂ ਗਲਦਿਆਂ ਦੀ ਵਜ੍ਹਾ ਤੋਂ ਮੈਂ ਬਹੁਤ ਜਜ਼ਬਾਤੀ ਹਾਂ ਔਰ ਮੈਂ ਅੱਜ ਸੈਂਸਰ ਕਰਨ ਦੀ ਜ਼ਰੂਰਤ ਮਹਿਸੂਸ ਨਹੀਂ ਕੀਤੀ